ਐਲਵਿਸ਼ ਜਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ। ਜਿੱਥੇ ਦੇਖੋ ਉੱਥੇ ਐਲਵਿਸ਼ ਜਾਦਵ ਦੇ ਬਾਰੇ 'ਚ ਹੀ ਚਰਚਾ ਹੋ ਰਹੀ ਹੈ। ਆਖਿਰ ਐਲਵਿਸ਼ ਜਾਦਵ ਨੂੰ ਕਿੰਨੇ ਸਾਲ ਦੀ ਜੇਲ੍ਹ ਹੋ ਸਕਦੀ ਹੈ ਤੇ ਕਿੰਨੇ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ? ਪਰ ਇਸ ਵੀਡੀਓ 'ਚ ਆਪਾਂ ਐਲਵਿਸ਼ ਜਾਦਵ ਦੀ ਗੱਲ ਨਹੀਂ ਕਰਾਂਗੇ। ਅੱਜ ਅਸੀਂ ਤੁਹਾਨੂੰ ਉਹਨਾਂ ਸਟਾਰਸ ਦੇ ਬਾਰੇ 'ਚ ਦੱਸਾਂਗੇ ਜੋ ਆਪਣੀ ਗਲਤੀ ਦੇ ਕਾਰਨ ਜੇਲ੍ਹ ਜਾ ਚੁੱਕੇ ਹਨ। ਇਸ ਲਿਸਟ 'ਚ ਪੰਜ ਸਟਾਰ ਨੇ ਜੋ ਆਪਣੀ ਗਲਤੀ ਕਾਰਨ ਜੇਲ੍ਹ ਜਾ ਚੁੱਕੇ ਨੇ ਤੇ ਜੇਲ੍ਹ ਦੀ ਹਵਾ ਖਾ ਕੇ ਬਾਹਰ ਆ ਚੁੱਕੇ ਇਸ ਦਾ ਪਹਿਲਾ ਨੰਬਰ ਹੈ ਫਰਦੀਨ ਖਾਨ ਦਾ ਫਰਦੀਨ ਨੂੰ ਡਰੱਗਸ ਆ ਸਪਲਾਈ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਤਰ੍ਹਾਂ ਫਰਦੀਨ ਖਾਨ ਵੀ ਜੇਲ੍ਹ ਦੀ ਹਵਾ ਖਾ ਚੁੱਕੇ ਹਨ ਅਗਲਾ ਨੰਬਰ ਹੈ ਜohn ਇਬਰਾਹਿਮ ਦਾ ਜohn ਦੀ ਬਾਈਕ ਦੇ ਨਾਲ ਦੋ ਲੋਕਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਨੇ ਆਪਣਾ ਇਹ ਜੁਰਮ ਕਬੂਲ ਕਰ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ 15 ਦਿਨ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ ਛੋਟੇ ਨਿਵਾਬ ਸੈਫਲੀ ਖਾਨ ਵੀ ਜੇਲ੍ਹ ਦੀ ਹਵਾ ਖਾ ਚੁੱਕੇ ਨੇ ਮੁੰਬਈ ਦੇ ਤਾਜ ਹੋਟਲ 'ਚ ਸੈਫਲੀ ਖਾਨ ਦਾ ਐਨਆਈਆਰ ਨਾਲ ਝਗੜਾ ਹੋ ਗਿਆ ਸੀ ਤੇ ਸੈਫਲੀ ਖਾਨ ਨੇ ਐਨਆਈਆਰ ਦੀ ਥੱਪੜ ਥਪੜਾਈ ਕਰ ਦਿੱਤੀ ਸੀ ਇਸ ਤੋਂ ਬਾਅਦ ਉਹ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ ਦਰਅਸਲ ਹੋਟਲ 'ਚ ਸੈਵਲੀ ਖਾਨ ਤੇ ਉਹਨਾਂ ਦੇ ਦੋ ਦੋਸਤ ਸ਼ੋਰ ਮਚਾ ਰਹੇ ਸੀ ਤੇ ਐਨਆਈਆਰ ਨੇ ਜਦੋਂ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ ਤਾਂ ਸੈਫ ਨੂੰ ਗੁੱਸਾ ਆ ਗਿਆ ਸੰਜੇਦਤ ਨੂੰ ਸਾਲ 1993 ਵਿੱਚ ਅੰਡਰਵਰਲਡ ਨਾਲ ਸੰਬੰਧ ਰੱਖਣ ਤੇ ਲੀਗਲ ਹਥਿਆਰ ਰੱਖਣ ਦੇ aarop te ਟਾਂਡਾ ਐਕਟ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਲਈ ਉਹਨਾਂ ਨੂੰ 16 ਮਹੀਨੇ ਦੀ ਜੇਲ੍ਹ ਵੀ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੂੰ ਸਾਲ 2006 ਚ ਗ੍ਰਿਫਤਾਰ ਕੀਤਾ ਗਿਆ ਸੀ। ਸਾਲ 2007 ਵਿੱਚ ਜਮਾਂਦਪਰ ਰਿਹਾ ਹੋਣ ਤੋਂ ਬਾਅਦ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉੱਥੇ ਬਾਲੀਵੁੱਡ ਦੇ ਦਿਵੰਗ ਸਲਮਾਨ ਖਾਨ ਨੂੰ ਵੀ ਸਾਲ 2006 ਚ ਚਿੰਕਾਰਾ ਮਾਮਲੇ 'ਚ ਜੇਲ੍ਹ ਜਾਣਾ ਪਿਆ ਸੀ। ਇਸ ਤੋਂ ਬਾਅਦ ਹਿੱਟ ਐਂਡ ਰਨ ਮਾਮਲੇ 'ਚ ਵੀ ਸੱਲੂ ਭਾਈ ਨੂੰ ਜੇਲ੍ਹ ਜਾਣਾ ਪਿਆ ਸੀ।